वाहिगुरू जी का खालसा वाहिगुरू जी की फतेह। पंजाब विच लगातार इस तरह के मामले पुलिस तशद्दुद दे सामने आउंदे रहिंदे हन, जिहदे विच नौजवानां दे उपर अणमनुखी तशद्दुद पुलिस दे वल्लों कीता जांदा है। अजिहा मामला बरनाला जेल दे विच सामने आया है। जेल दे सुपरडेंट वल्लों नौजवान दे उपर तशद्दुद कीता गया है। इत्थों तक तशद्दुद कीता गया है कि नौजवान दी पिठ दे उपर गर्म सरिये दे नाल अतवादी लिख दिता जांदा है। करमजीत सिंह ने दोष लाया है कि जेल सुपरडेंट बलवीर सिंह ने होर मुलाजमान दे नाल मिलके उस उपर भारी तशद्दुद कीता है। एक दस्तारधारी नौजवान की पिठ ते अतवादी लिख देना सिख पहचान ते भी वड्डा हमला मन्निया जा रहा है। अदालत विच पेशी दौरान नौजवान ने मीडिया अगे इस जुल्म नूं नंगा कीता। सुपरडेंट बैठन नहीं दिंदा बंदियां नूं, पग्गां उतार के बेअदबी कीती जांदी है ते पग्गां उतार के बूटा वाले हाथ ला के पग्गां दी मतलब कि बेअदबी कीती जांदी है। ठीक है जी, ते गरीब बंदियां नूं, गरीब बंदियां दा कोई जिउणा नहीं हैगा ते मतलब कि जे कोई आवाज़ उठाउंदा उहनूं कुटदे मारदे ने बहुत ज़्यादा। तो जिहड़ी दाल रोटी है सब्जी है बिल्कुल सब्जी 1% नहीं आउंदी हैगी, दो टाइम सिर्फ मां दी दाल ते मूंगी दी दाल आउंदी है, सिर्फ दाल ही दिंदे ने जिहदे करके काला पीली आ ते मतलब कि होर बीमारियां वध रहियां ने। जिहड़े एड्स ते काले पीली दे मरीज ने उहनां नूं अलग नहीं रखिया जा रहा, आम कैदियां दे विच ही रखिया जा रहा जिहदे करके बीमारियां वध रहियां ने। एप्लीकेशन मतलब कि यह होया सीगा जी, जदों मैं गरीब बंदे दे हक च बोलण दी कोशिश कीती मतलब कि भी गरीब बंदे नाल धक्का हो रहा है ਤਾਂ ਮਤਲਬ ਕਿ ਮੈਨੂੰ ਕੁੱਟਿਆ ਮਾਰਿਆ ਗਿਆ। ਮੈਨੂੰ ਕਹਿੰਦੇ ਜਿਹੜੇ ਤੇਰੇ ਖਿਆਲ ਨੇ ਉਹ ਤੇਰੇ ਖਿਆਲ ਮਤਲਬ ਕਿ ਅੱਤਵਾਦੀਆਂ ਵਾਲੇ ਖਿਆਲ ਨੇ ਅਤੇ ਮੇਰੇ ਢੂਹੀ 'ਤੇ ਸੱਟਾਂ ਫਿੱਟਾਂ ਮਾਰੀਆਂ ਗਈਆਂ ਅਤੇ ਮੇਰੇ ਢੂਹੀ ਦੇ ਉੱਤੇ ਮਤਲਬ ਕਿ ਦੋ ਚਾਰ ਬੰਦਿਆਂ ਨੇ ਮੈਨੂੰ ਫੜ ਕੇ ਕੁੱਟਿਆ ਮਾਰਿਆ ਅਤੇ ਮੇਰੇ ਅੱਤਵਾਦੀ ਢੂਹੀ 'ਤੇ ਲਿਖਿਆ ਗਿਆ ਜੀ। ਦੇਖੋ ਸੁਪਰਡੈਂਟ ਨੇ ਮੈਨੂੰ ਕੁੱਟਿਆ ਅਤੇ ਨਾਲ ਆਪਦੇ ਜੇਲ੍ਹ ਪ੍ਰਸ਼ਾਸਨ ਦੇ ਬੰਦਿਆਂ ਨਾਲ ਮਿਲ ਕੇ ਅਤੇ ਮੇਰੇ ਅੱਤਵਾਦੀ ਲਿਖਿਆ ਗਿਆ। ਕਹਿੰਦੇ ਵੀ ਤੇਰੇ ਖਿਆਲ ਅੱਤਵਾਦੀਆਂ ਵਾਲੇ ਨੇ। ਤੁਸੀਂ ਦੱਸੋ ਵੀ ਜੇ ਗਰੀਬ ਬੰਦੇ ਦੇ ਆਪਾਂ ਹੱਕਾਂ ਦੇ ਵਿੱਚ ਆਵਾਜ਼ ਉਠਾਉਂਦੇ ਹਾਂ ਗਰੀਬਾਂ ਦੇ ਹੱਕਾਂ 'ਚ, ਕੀ ਉਹ ਅੱਤਵਾਦੀ ਹੁੰਦੇ ਆ? ਜੇ ਕੋਈ ਬੰਦਾ ਆਪਦੇ ਹੱਕ ਲਈ ਬੋਲਦਾ ਜਾਂ ਗਰੀਬਾਂ ਦੇ ਹੱਕਾਂ ਲਈ ਬੋਲਦਾ ਦੱਸੋ ਮੈਨੂੰ, ਤੁਸੀਂ ਇੰਨੇ ਜਾਣੇ ਖੜੇ ਹੋ ਵੀ ਉਹ ਬੰਦਾ ਹੱਕ ਹੁੰਦਾ। ਮੈਂ ਇਹ ਮੰਗ ਕਰਦਾਂਗਾ ਵੀ ਜੇਲ੍ਹ ਸੁਪਰਡੈਂਟ 'ਤੇ ਮਤਲਬ ਕਿ ਮੇਰੀ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਉੱਥੇ ਇਨਕੁਆਇਰੀ ਹੋਣੀ ਚਾਹੀਦੀ ਹੈ। ਮੈਂ ਮਤਲਬ ਕਿ ਐਪਲੀਕੇਸ਼ਨ ਵਗੈਰਾ ਵੀ ਲਿਖ ਕੇ ਲੈ ਕੇ ਆਇਆ ਜਿਹਦੇ ਵਿੱਚ ਐਪਲੀਕੇਸ਼ਨ ਅੱਗੇ ਮਾਰਕ ਕੀਤੀ ਜਾਵੇ। ਇਹ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਤੇ ਉਪ ਮੁੱਖ ਮੰਤਰੀ ਸਾਹਿਬ ਨੂੰ, ADGP ਜੇਲ੍ਹਾਂ ਪੰਜਾਬ, ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮੁੱਖ ਸੈਕਟਰੀ ਮਨੁੱਖ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ, ਚੀਫ ਜਸਟਿਸ ਸਾਹਿਬ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਆਪਣੀ ਐਪਲੀਕੇਸ਼ਨ ਮਾਰਕ ਕਰਨਾ ਚਾਹੁੰਦਾ ਅਤੇ ਮੇਰੀ ਆਵਾਜ਼ ਹੈ ਜਿਹੜੀ ਇਹਨੂੰ ਅੱਗੇ ਵਧਾਇਆ ਜਾਵੇ ਅਤੇ ਬਾਹਰ ਦੱਸਿਆ ਜਾਵੇ ਵੀ ਸੁਪਰਡੈਂਟ ਜੇਲ੍ਹ ਦੇ ਵਿੱਚ ਕੀ ਕਰ ਰਿਹਾ। ਉਹ ਜੇ ਫੌਜੀ ਰਿਟਾਇਰ ਹੈ, ਉਹਦਾ ਦਿਮਾਗ ਹੈ ਜਿਹੜਾ ਫੌਜੀਆਂ ਵਾਲਾ ਹੈ, ਠੀਕ ਹੈ, ਉਹ ਜੇਲ੍ਹ ਦੇ ਵਿੱਚ ਆਪਣੇ ਕਾਨੂੰਨ ਚਲਾ ਰਿਹਾ। ਜਿਹੜਾ ਸੰਵਿਧਾਨ ਹੈ, ਜੋ ਸੰਵਿਧਾਨ ਦੇ ਵਿੱਚ ਲਿਖਿਆ ਉਹਨੂੰ ਛੱਡ ਕੇ ਆਪਣੇ ਕਾਨੂੰਨ ਚਲਾ ਕੇ ਜੇਲ੍ਹ ਦੇ ਵਿੱਚ ਬੰਦੀਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਅਤੇ ਜ਼ਿਆਦਾ ਮਤਲਬ ਕਿ ਘਰਲਾਬੰਦੀ ਰੱਖਦਾ, ਬੰਦੀਆਂ ਨੂੰ ਜ਼ਿਆਦਾ ਟਾਈਮ ਬੰਦ ਕੀਤਾ ਜਾਂਦਾ ਬਲਮਗੜ੍ਹ ਪਿੰਡ। ਇਸ ਤੋਂ ਪਹਿਲਾਂ ਵੀ ਜੇਲ੍ਹਾਂ ਵਿੱਚ ਬੰਦ ਕਈ ਸਿੱਖ ਸਿਆਸੀ ਕੈਦੀਆਂ ਦੀ ਮੌਤ ਹੋ ਚੁੱਕੀ ਹੈ। ਜੇਲ੍ਹਾਂ ਦੇ ਮਾੜੇ ਪ੍ਰਬੰਧ ਬਾਰੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਦਿਆਂ ਕਿਹਾ, ਸੋ ਇਹ ਤਾਂ ਹੈ ਹੀ ਹੈ, ਡਿਸਕ੍ਰਿਮੀਨੇਸ਼ਨ ਤਾਂ ਬ੍ਰਿਟਿਸ਼ ਲਗੇਸੀ ਦੇ ਵਿੱਚ ਸੀ, ਜਿੱਥੇ ਜਿਹੜੇ ਉਸ ਸਮੇਂ ਅੰਗਰੇਜ਼ ਰਾਜ ਦੇ ਖਿਲਾਫ ਜਿਹੜੇ ਬਗਾਵਤ ਕਰਦੇ ਸੀ ਜਾਂ ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿਰੁੱਧ ਸੀ, ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਹੁੰਦਾ ਸੀ। ਜਿਵੇਂ ਉਹਨਾਂ ਨੂੰ ਪਹਿਲਾਂ ਉਹ ਐਲਮੀਨੀਅਮ ਦੇ ਭਾਂਡੇ ਦਿੰਦੇ ਸੀਗੇ, ਕਹਿੰਦੇ ਵੀ ਅੰਗਰੇਜ਼ ਦਿੰਦੇ ਹੁੰਦੇ ਸੀ ਵੀ ਤਾਂ ਜੋ ਇਹ ਜਿਹੜੇ ਅੰਦਰੋਂ ਹੀ ਗਲ ਜਾਣ ਸਾਰਾ, ਤਾਂ ਉਹਨਾਂ ਨੂੰ ਖਾਣ ਪੀਣ ਦਾ ਜਿਹੜਾ ਪੱਧਰ ਮਾੜਾ ਹੁੰਦਾ ਸੀ ਉਹਨਾਂ ਨੂੰ ਸਖਤਾਈ ਕੀਤੀ ਜਾਂਦੀ ਸੀ। ਕਈ ਵਾਰ ਆਪਣੇ ਹੁਣ ਆਉਂਦਾ ਵੀ ਸਿੱਖਾਂ ਨੇ ਪੱਗ ਬੰਨ੍ਹਣ ਦੀ ਲੈ ਕੇ ਵੀ ਉੱਥੇ ਭੁੱਖ ਹੜਤਾਲਾਂ ਮੋਰਚੇ ਲਾਏ ਜਾਂ ਕਛਹਿਰੇ ਦੀਆਂ ਜਿਹੜੀਆਂ ਜਿਹੜਾ ਕਕਾਰ ਪਹਿਨਣ ਵਾਸਤੇ ਵੀ ਉਹਨਾਂ ਨੂੰ ਮੋਰਚੇ ਲਾਉਣੇ ਪਏ। ਸੋ ਉਹੀ ਆ ਜਿਹੜਾ ਸਿਸਟਮ ਹੈਗਾ ਸਾਰਾ, ਡਿਸਕ੍ਰਿਮੀਨੇਟਰੀ ਆ, ਡਬਲ ਸਟੈਂਡਰਡ ਹੈਗੇ ਆ। ਜਿਹੜੇ ਤਾਂ ਬਹੁ ਗਿਣਤੀ ਨਾਲ ਸੰਬੰਧਿਤ ਲੋਕ ਹੁੰਦੇ ਆ ਉਹਨਾਂ ਨੂੰ VVIP ਟ੍ਰੀਟਮੈਂਟ ਦਿੱਤੇ ਜਾਂਦੇ ਆ। ਜਿਹੜੇ ਘੱਟ ਗਿਣਤੀਆਂ ਦਲਿਤਾਂ ਦੇ ਨਾਲ ਸੰਬੰਧਿਤ ਆ, ਪੋਲੀਟੀਕਲ ਜਿਹੜੀ ਥਿੰਕਿੰਗ ਵੱਖਰੀ ਵਾਲੇ ਲੋਕ ਹੈਗੇ ਆ ਉਹਨਾਂ ਦੇ ਨਾਲ ਸਖਤਾਈਆਂ ਕੀਤੀਆਂ ਜਾਂਦੀਆਂ। ਜਿਵੇਂ ਬਹੁਤ ਵੱਡੀ ਇਹਦੀ ਉਦਾਹਰਨ ਮਲਕੀਤ ਸਿੰਘ ਸ਼ੇਰੇ ਤੋਂ ਪਹਿਲਾਂ ਕੁਛ ਮਹੀਨੇ ਪਹਿਲਾਂ ਫਾਦਰ ਸੀ ਸਟੈਨ ਸਵਾਮੀ, ਇੱਕ ਬੰਬੇ ਭੀਮਾ ਕੋਰੇਗਾਓ ਵਿੱਚ ਉਹਨੇ ਯਾਨੀ ਕਿ ਲੱਖਾਂ ਲੋਕਾਂ ਦਾ ਇੱਕ ਸੋਸ਼ਲ ਐਕਟੀਵਿਸਟ ਸੀਗਾ ਅਤੇ ਉਹ ਲੱਖਾਂ ਲੋਕਾਂ ਨੂੰ ਉਹਨੇ ਹੱਕ ਦਵਾਏ ਸੀ ਉੱਥੇ ਸੰਘਰਸ਼ ਕਰਕੇ ਜਿਹੜਾ, ਅਤੇ ਉਹਦਾ UN ਤੱਕ ਨੇ ਵੀ ਨੋਟਿਸ ਲਿਆ ਸੀ, ਉਹਦੀ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਵੀ, ਅਤੇ ਉਹ ਹਸਪਤਾਲ ਹੀ ਦਾਖਲ ਸੀ ਲਗਭਗ 1.5-2 ਸਾਲ ਤੋਂ ਅਤੇ ਉਹਦਾ ਇਲਾਜ ਨਹੀਂ ਹੋਇਆ, ਉਹਨੂੰ ਕਰੋਨਾ ਵੀ ਹੋ ਗਿਆ ਅਤੇ ਉਹਦੀ ਵੀ ਡੈਥ ਹੋ ਗਈ ਸੀ। ਸੋ ਇਹ ਸਾਰਾ ਜੇ ਤੁਸੀਂ ਰਿਕਾਰਡ ਦੇਖੋ, ਇਟਸੈਲਫ ਸਰਕਾਰ ਦਾ ਹੀ ਰਿਕਾਰਡ ਦੇਖੋ ਤਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜੀਆਂ ਮੌਤਾਂ ਦੀ ਗਿਣਤੀ ਦਿਨੋ ਦਿਨ, 2018 ਦਾ ਜਿਹੜਾ ਡਾਟਾ ਸੀ ਲਾਸਟ, ਉਹਦੇ ਵਿੱਚ 1800 ਤੋਂ ਵੱਧ ਬੰਦੇ, 2000 ਦੇ ਕਰੀਬ ਬੰਦੇ ਜਿਹੜੇ ਆ
वह जी सस्पीशियस हालात के जेलों के उन्हों की यानी कि मौत हुई है।